ਇਹ ਵੀਡੀਓ ਫਿਰੋਜ਼ਪੁਰ ਦੇ ਕਿਸੇ ਲਾਗੇ ਦੇ ਪਿੰਡ ਦੀ ਦੱਸੀ ਜਾ ਰਹੀ ਹੈ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਠੀ ਵੀਰ ਸਿੰਘ ਦੀ ਉਹਨਾਂ ਦੇ ਭਤੀਜੇ ਵੱਲੋਂ ਦਾੜੀ ਪੱਟੀ ਜਾ ਰਹੀ ਹੈ। ਕਹਿੰਦੇ ਦੱਸਿਆ ਜਾ ਰਿਹਾ ਕਿ 7 ਮਰਲਿਆਂ ਦੀ ਪੈਲੀ ਦਾ ਕੋਈ ਰੌਲਾ ਸੀ, ਜਿਸ ਕਰਕੇ ਇਹਨਾਂ ਦੀ ਦੇਖੋ ਇਸ ਮੁੰਡੇ ਨੇ ਕਿਵੇਂ ਦਾੜੀ ਪੱਟੀ ਅਤੇ ਇਹਨਾਂ ਦੀ ਬੇਅਦਬੀ ਵੀ ਕੀਤੀ। ਜਿਸ ਦੇ ਵਿੱਚ ਪਾਠੀ ਸਿੰਘ ਕਹਿ ਰਹੇ ਨੇ ਕਿ ਤੂੰ ਜਦੋਂ ਮਰਜ਼ੀ ਪੈਲੀ ਲੈ ਲਈ, ਜਦੋਂ ਮਰਜ਼ੀ ਸੈਨ ਕਰਾ ਲਈ, ਪਰ ਮੇਰੀ ਦਾੜੀ ਛੱਡ ਦੇ, ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਤੂੰ ਮੈਨੂੰ ਨਾ ਕੁਝ ਕਹਿ। ਪਰ ਉਹ ਮੁੰਡਾ ਦੇਖ ਉਹਨਾਂ ਦੀ ਦਾੜੀ ਨਹੀਂ ਕੱਟ ਰਿਹਾ ਅਤੇ ਇਹ ਗੱਲ ਹੁਣ ਨਿਹੰਗ ਸਿੰਘ ਵੀਰਾਂ ਕੋਲ ਵੀ ਪਹੁੰਚਦੀ ਹੈ ਅਤੇ ਕਿਹਾ ਜਾ ਰਿਹਾ ਕਿ ਇਸ ਮੁੰਡੇ 'ਤੇ ਜਲਦ ਤੋਂ ਜਲਦ ਕਾਰਵਾਈ ਹੋਏਗੀ, ਕਿਉਂਕਿ ਇਸ ਨੇ ਉਹਨਾਂ ਦੀ ਦਾੜੀ ਦੀ ਬੇਅਦਬੀ ਕੀਤੀ ਹੈ ਅਤੇ ਇਹ ਜੋ ਸਾਡੇ ਸਿੱਖ ਕੌਮ ਨੂੰ ਬਰਦਾਸ਼ਤ ਕਦੇ ਵੀ ਨਹੀਂ ਹੋ ਸਕਦੀ। ਆਓ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ 'ਤੇ ਉੱਪਰ ਵੱਧ ਤੋਂ ਵੱਧ ਅਤੇ ਜਲਦ ਤੋਂ ਜਲਦ ਕਾਰਵਾਈ ਹੋ ਸਕੇ। ਧੰਨਵਾਦ। ਚਾਚਾ ਤੂੰ ਨਾ ਮੇਰੀ ਗਾੜੀ ਚਾਚਾ।